ਸ਼ਿੰਦਾ ਸ਼ਿੰਦਾ ਨੋ ਪਾਪਾ ਫਿਲਮ ਦਾ ਨਵਾਂ ਗੀਤ ਡਿਸਕੋ ਹੋਇਆ ਰਿਲੀਜ਼। ਜੀ ਹਾਂ, ਰੀਸੈਂਟਲੀ ਇਸ ਗੀਤ ਨੂੰ ਰਿਲੀਜ਼ ਕਰ ਦਿੱਤਾ ਗਿਆ ਹੈ ਤੇ ਹਾਲ ਹੀ ਦੇ ਵਿੱਚ ਇਸ ਗੀਤ ਦੇ ਟੀਜ਼ਰ ਨੂੰ ਵੀ ਰਿਲੀਜ਼ ਕੀਤਾ ਗਿਆ ਸੀ ਤੇ ਹੁਣ ਫਾਈਨਲੀ ਦ ਵੇਟ ਇਜ਼ ਓਵਰ ਤੇ ਗੀਤ ਹੋ ਚੁੱਕਿਆ ਹੈ ਜੀ ਰਿਲੀਜ਼। ਡਿਸਕੋ ਗੀਤ ਦੇ ਵਿੱਚ ਸਾਨੂੰ ਸ਼ਿੰਦਾ ਗਰੇਵਾਲ ਦਾ ਮਸਤੀ ਵਾਲਾ ਅੰਦਾਜ਼ ਤੇ ਨਾਲ ਹੀ ਗਿੱਪੀ ਗਰੇਵਾਲ ਤੇ ਹੀਨਾ ਖਾਨ ਦੀ ਜੋੜੀ ਨਜ਼ਰ ਆ ਰਹੀ ਹੈ ਤੇ ਉਹਨੇ ਤੇ ਸੁਹਾਗੇ ਵਾਲੀ ਗੱਲ ਹੈ ਕਿ ਇਸ ਗੀਤ ਦੇ ਵਿੱਚ ਫੀਚਰ ਕੀਤਾ ਹੈ ਵਨ ਐਂਡ ਓਨਲੀ ਬਾਦਸ਼ਾਹ ਨੇ। ਜੀ ਹਾਂ, ਬਾਦਸ਼ਾਹ ਤੇ ਗਿੱਪੀ ਗਰੇਵਾਲ ਦੀ ਕੋਲਾਬਰੇਸ਼ਨ ਵਾਲਾ ਇਹ ਗੀਤ ਹੈ ਜਿਸ ਨੂੰ ਗਿੱਪੀ ਗਰੇਵਾਲ ਤੇ ਬਾਦਸ਼ਾਹ ਨੇ ਆਵਾਜ਼ ਦਿੱਤੀ ਹੈ ਤੇ ਹੁਣ ਇਸ ਗੀਤ ਦੀ ਵੀਡੀਓ ਦੇ ਵਿੱਚ ਵੀ ਸਾਨੂੰ ਬਾਦਸ਼ਾਹ ਨਜ਼ਰ ਆ ਰਹੇ ਨੇ। ਵੈਲ, ਜੇਕਰ ਲਿਰਿਕਸ ਦੀ ਗੱਲ ਕਰੀਏ ਤੇ ਜਾਨੀ ਦੇ ਲਿਰਿਕਸ ਨੇ ਤੇ ਔਸਕਰ ਤੋਂ ਬਾਅਦ ਇੱਕ ਵਾਰ ਫਿਰ ਤੋਂ ਇਹ ਟ੍ਰਾਇਓ ਇਕੱਠਾ ਹੋਇਆ, ਯਾਨੀ ਕਿ ਔਸਕਰ ਗੀਤ ਲਈ ਇਹਨਾਂ ਤਿੰਨਾਂ ਨੇ ਕੋਲਾਬਰੇਟ ਕੀਤਾ ਸੀ ਤੇ ਇਸ ਗੀਤ ਨੂੰ ਬੇਸ਼ੁਮਾਰ ਪਿਆਰ ਮਿਲਿਆ ਤੇ ਹੁਣ ਡਿਸਕੋ ਗੀਤ ਲਈ ਇਹ ਟ੍ਰਾਇਓ ਇਕੱਠਾ ਹੋਇਆ, ਯਾਨੀ ਕਿ ਜਾਨੀ ਦੇ ਲਿਰਿਕਸ ਬਾਦਸ਼ਾਹ ਤੇ ਗਿੱਪੀ ਗਰੇਵਾਲ ਦੀ ਆਵਾਜ਼ ਡਿਸਕੋ ਚ ਵਾਕਈ ਚਾਰ ਚੰਦ ਲਗਾ ਰਹੀ ਹੈ। ਵੈਲ, ਦੱਸ ਦਈਏ ਕਿ ਇਸ ਗੀਤ ਦੀ ਵੀਡੀਓ ਦੇ ਵਿੱਚ ਸਾਨੂੰ ਨਜ਼ਰ ਆ ਰਹੇ ਨੇ ਗਿੱਪੀ ਗਰੇਵਾਲ, ਸ਼ਿੰਦਾ ਗਰੇਵਾਲ, ਹੀਨਾ ਖਾਨ ਐਂਡ ਬਾਦਸ਼ਾਹ। ਸੋ ਸ਼ਿੰਦਾ ਸ਼ਿੰਦਾ ਨੋ ਪਾਪਾ ਫਿਲਮ ਦਾ ਇਹ ਸੈਕਿੰਡ ਗੀਤ ਹੈ ਜੋ ਰਿਲੀਜ਼ ਕੀਤਾ ਗਿਆ ਹੈ, ਕਿਉਂਕਿ ਇਸ ਤੋਂ ਪਹਿਲੇ ਇਸ ਫਿਲਮ ਦੇ ਟਾਈਟਲ ਟਰੈਕ ਨੂੰ ਆਲਰੇਡੀ ਰਿਲੀਜ਼ ਕਰ ਦਿੱਤਾ ਗਿਆ। ਰੀਸੈਂਟਲੀ ਜਦੋਂ ਇਸ ਗੀਤ ਦਾ ਟੀਜ਼ਰ ਹੀ ਸਾਹਮਣੇ ਆਇਆ ਸੀ ਤੇ ਦਰਸ਼ਕਾਂ ਨੂੰ ਕਾਫੀ ਜ਼ਿਆਦਾ ਐਕਸਾਈਟਮੈਂਟ ਹੋ ਗਈ ਸੀ ਗੀਤ ਨੂੰ ਵੇਖਣ ਦੀ ਤੇ ਹੁਣ ਫਾਈਨਲੀ ਇਹ ਗੀਤ ਜਦੋਂ ਰਿਲੀਜ਼ ਹੋ ਗਿਆ ਹੈ ਤੇ ਦਰਸ਼ਕ ਇਸ ਗੀਤ ਨੂੰ ਬੇਸ਼ੁਮਾਰ ਪਿਆਰ ਦੇ ਰਹੇ ਨੇ। ਵੈਲ, ਦੱਸ ਦਈਏ ਕਿ ਜੇਕਰ ਤੁਸੀਂ ਹਾਲੇ ਤੱਕ ਇਸ ਗੀਤ ਨੂੰ ਨਹੀਂ ਵੇਖਿਆ ਤੇ ਸਾਰੇ ਗਾਮਾ ਪੰਜਾਬੀ ਦੇ ਆਫੀਸ਼ੀਅਲ ਯੂਟਿਊਬ ਚੈਨਲ ਦੇ ਉੱਤੇ ਜਾ ਕੇ ਇਸ ਗੀਤ ਨੂੰ ਵੇਖ ਸਕਦੇ ਹੋ ਜਿੱਥੇ ਕਿ ਰਿਲੀਜ਼ ਕੀਤਾ ਗਿਆ। ਵੈਲ, ਜੇਕਰ ਹੁਣ ਸ਼ਿੰਦਾ ਸ਼ਿੰਦਾ ਨੋ ਪਾਪਾ ਫਿਲਮ ਦੇ ਕ੍ਰੈਡਿਟਸ ਦੀ ਗੱਲ ਕਰੀਏ ਤੇ ਇਸ ਫਿਲਮ ਦੇ ਵਿੱਚ ਸਾਨੂੰ ਨਜ਼ਰ ਆ ਰਹੇ ਨੇ ਗਿੱਪੀ ਗਰੇਵਾਲ, ਸ਼ਿੰਦਾ ਗਰੇਵਾਲ ਤੇ ਹੀਨਾ ਖਾਨ ਮੇਨ ਲੀਡ ਪਲੇ ਕਰਦੇ ਹੋਏ। ਵੈਲ, ਗਿੱਪੀ ਗਰੇਵਾਲ ਤੇ ਸ਼ਿੰਦਾ ਗਰੇਵਾਲ ਦਾ ਸਾਨੂੰ ਇੱਕ ਫਾਦਰ ਸਨ ਰਿਲੇਸ਼ਨ ਵੇਖਣ ਨੂੰ ਮਿਲਣ ਵਾਲਾ ਹੈ ਜੋ ਕਿ ਕਾਫੀ ਨੋਕ ਝੋਕ ਭਰਿਆ ਤੇ ਕਾਫੀ ਸ਼ਰਾਰਤਾਂ ਭਰਿਆ ਹੋਣ ਵਾਲਾ ਹੈ। ਸੋ ਹੁਣ ਵੇਖਦੇ ਹਾਂ ਕਿ ਫਾਦਰ ਸਨ ਰਿਲੇਸ਼ਨ ਕੈਨੇਡਾ ਦੇ ਵਿੱਚ ਕਿਵੇਂ ਦਾ ਹੁੰਦਾ ਹੈ ਤੇ ਪੰਜਾਬ ਦੇ ਵਿੱਚ ਕਿਵੇਂ ਹੁੰਦਾ ਹੈ। ਦੋਵੇਂ ਹੀ ਕੰਟਰੀਜ਼ ਦੀਆਂ ਸਿਚੁਏਸ਼ਨਸ ਦਿਖਾਈਆਂ ਗਈਆਂ ਨੇ ਇਸ ਫਿਲਮ ਦੇ ਵਿੱਚ ਤੇ ਸਪੈਸ਼ਲੀ ਜਿਹੜੀ ਬੱਚਿਆਂ ਨੂੰ ਕੁੱਟ ਪੈਂਦੀ ਹੈ ਉਸ ਦੇ ਲਈ ਸਪੈਸ਼ਲ ਚੀਜ਼ ਦਿਖਾਈ ਗਈ ਹੈ ਕਿ ਕਿਵੇਂ ਕੈਨੇਡਾ ਦੇ ਵਿੱਚ ਬੱਚੇ ਪੁਲਿਸ ਬੁਲਾ ਲੈਂਦੇ ਨੇ ਲੇਕਿਨ ਪੰਜਾਬ ਆ ਕੇ ਉਹਨਾਂ ਬੱਚਿਆਂ ਨਾਲ ਕੀ ਹੁੰਦਾ ਹੈ ਜਾਂ ਫਿਰ ਪੰਜਾਬ 'ਚ ਵੀ ਪੁਲਿਸ ਆਉਂਦੀ ਹੈ ਜਾਂ ਨਹੀਂ, ਇਹ ਵੇਖਣਾ ਕਾਫੀ ਜ਼ਿਆਦਾ ਇੰਟਰਸਟਿੰਗ ਹੋਵੇਗਾ। ਫਿਲਮ ਦੇ ਵਿੱਚ ਸਾਨੂੰ ਹੋਰ ਵੀ ਕਈ ਮਜੇ ਹੋਏ ਕਲਾਕਾਰ ਨਜ਼ਰ ਆਉਣ ਵਾਲੇ ਨੇ ਜਿਵੇਂ ਕਿ ਜਸਵਿੰਦਰ ਭੱਲਾ, ਪ੍ਰਿੰਸ ਕਵਲਜੀਤ ਸਿੰਘ, ਰਘਵੀਰ ਬੋਲੀ, ਨਿਰਮਲ ਰਿਸ਼ੀ, ਹਰਦੀਪ ਗਿੱਲ, ਸੀਮਾ ਕੌਸ਼ਲ, ਗੁਰਪ੍ਰੀਤ ਘੋਗੀ, ਹਰਿੰਦਰ ਭੁੱਲਰ ਤੇ ਹੋਰ ਕਈ ਸਾਰੇ ਆਰਟਿਸਟ ਸਾਨੂੰ ਫਿਲਮ ਦੇ ਵਿੱਚ ਮੁੱਖ ਭੂਮਿਕਾਵਾਂ ਨਿਭਾਉਂਦੇ ਹੋਏ ਨਜ਼ਰ ਆਉਣਗੇ। ਇਸ ਫਿਲਮ ਨੂੰ ਡਾਇਰੈਕਟ ਕੀਤਾ ਗਿਆ ਅਮਰਪ੍ਰੀਤ ਜੀ ਐਸ ਛਾਬੜਾ ਵੱਲੋਂ ਤੇ ਫਿਲਮ ਦੀ ਕਹਾਣੀ ਨੂੰ ਨਰੇਸ਼ ਕਠੂਰੀਆ ਨੇ ਲਿਖਿਆ। ਵੈਲ, ਇਸ ਫਿਲਮ ਨੂੰ ਪ੍ਰੈਜੈਂਟ ਕਰ ਰਹੇ ਨੇ ਹੰਬਲ ਮੋਸ਼ਨ ਪਿਕਚਰਸ ਐਂਡ ਸਾਰੇ ਗਾਮਾ। ਸੋ ਇਹਨਾਂ ਬੈਨਰਸ ਦੀ ਹੇਠ ਫਿਲਮ ਰਿਲੀਜ਼ ਹੋਣ ਵਾਲੀ ਹੈ 10 ਮਈ 2024, ਯਾਨੀ ਕਿ ਅਗਲੇ ਮਹੀਨੇ 10 ਤਰੀਕ ਨੂੰ ਫਿਲਮ ਸਿਨੇਮਾ ਘਰਾਂ 'ਚ ਦਸਤਕ ਦੇ ਰਹੀ ਹੈ। ਕਿੰਨਾ ਐਕਸਾਈਟਿਡ ਹੋ ਕਮੈਂਟ ਕਰਕੇ ਜ਼ਰੂਰ ਦੱਸਣਾ। ਫਿਲਹਾਲ ਦੇ ਲਈ ਇਸ ਵੀਡੀਓ ਅਪਡੇਟ ਦੇ ਵਿੱਚ ਬਸ ਇੰਨਾ ਹੀ। ਇਸ ਤੋਂ ਇਲਾਵਾ ਬਾਲੀਵੁੱਡ ਤੇ ਐਂਟਰਟੇਨਮੈਂਟ ਇੰਡਸਟਰੀ ਨਾਲ ਜੁੜੀਆਂ ਹੋਈਆਂ ਲੇਟੈਸਟ ਅਪਡੇਟ ਵੀਡੀਓ ਤੇ ਇੰਟਰਵਿਊਜ਼ ਲਈ ਤੁਸੀਂ ਜੁੜੇ ਰਹੋ ਦੇਸੀ ਚੈਨਲ ਦੇ ਨਾਲ। ਧੰਨਵਾਦ।